ਨਮਸਕਾਰ ਜੀ, ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਰੁੱਕ ਕਰਦੇ ਹਾਂ ਜੀ ਕਸਬਾ ਕਾਨੂੰਵਾਨ ਵੱਲ, ਜਿੱਥੇ ਦੁਕਾਨ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਆਪਸ ਵਿੱਚ ਭਿੜ ਗਈਆਂ ਹਨ, ਜਿਨ੍ਹਾਂ ਨੂੰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸ਼ਾਂਤ ਕਰਵਾਇਆ ਹੈ। ਦੱਸ ਦਈਏ ਕਿ ਕਸਬਾ ਗੁਰਦਾਸਪੁਰ ਦੇ ਕਸਬਾ ਕਾਨੂੰਵਾਨ ਵਿੱਚ ਸੈਂਟਰ ਗੌਰਮੈਂਟ ਦੀ ਜਗ੍ਹਾ 'ਤੇ ਬਣੀਆਂ ਪੁਰਾਣੇ ਵੇਲੇ ਦੀਆਂ ਦੁਕਾਨਾਂ 'ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਆਪਸ ਵਿੱਚ ਭਿੜ ਗਈਆਂ ਸਨ। ਇਸ ਝਗੜੇ ਵਿੱਚ ਦੋਨਾਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਨਾਂ ਧਿਰਾਂ ਦੇ ਲੋਕਾਂ ਨੂੰ ਸਮਝਾ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ। ਉੱਥੇ ਹੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੁਕਾਨ ਦੇ ਕਾਬੂ ਚੁੰਨੀ ਲਾਲ ਅਤੇ ਉਸਦੇ ਸਾਥੀਆਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹ ਦੁਕਾਨਾਂ ਸਮੇਤ 10 ਮਰਲੇ ਜਗ੍ਹਾ 'ਤੇ ਉਹਨਾਂ ਦਾ ਕਬਜ਼ਾ ਹੈ, ਪਰ ਕੁਝ ਭੂ ਮਾਫੀਆ ਗਰੋਹ ਵੱਲੋਂ ਉਹਨਾਂ ਦੀਆਂ ਦੁਕਾਨਾਂ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਭੂ ਮਾਫੀਆ ਗਰੋਹ ਦੇ ਲੋਕਾਂ ਨੇ ਇਹਨਾਂ ਦੇ ਉੱਪਰ ਆ ਕੇ ਦੁਕਾਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਉੱਪਰ ਬੰਦੀ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਅਸੀਂ ਲੰਬਾ ਸੰਘਰਸ਼ ਕਰਾਂਗੇ। ਉੱਥੇ ਹੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ SHO ਕਾਨੂੰਵਾਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਸੈਂਟਰ ਗੌਰਮੈਂਟ ਦੀ ਜਗ੍ਹਾ 'ਤੇ ਦੁਕਾਨਾਂ ਬਣੀਆਂ ਹਨ ਅਤੇ ਦੁਕਾਨ ਦੇ ਉੱਪਰ ਇਸ ਵਕਤ ਚੁੰਨੀ ਲਾਲ ਦਾ ਕਬਜ਼ਾ ਹੈ ਅਤੇ ਦੂਜੀ ਧਿਰ ਆਪਣਾ ਹੱਕ ਜਤਾ ਰਹੀ ਹੈ ਅਤੇ ਦੁਕਾਨ ਉੱਪਰ ਤਾਲੇ ਲਗਾਉਣ ਲਈ ਆਈ ਸੀ ਅਤੇ ਦੋਨਾਂ ਧਿਰਾਂ ਵਿੱਚ ਝਗੜਾ ਹੋ ਗਿਆ ਅਤੇ ਦੋਨਾਂ ਧਿਰਾਂ ਦੇ ਲੋਕ ਸੱਟਾਂ ਲੱਗੀਆਂ ਹਨ ਅਤੇ ਦੋਨਾਂ ਧਿਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੇਖੋ ਇਨਸਾਫ ਦੀ ਵਿੱਚ ਪੂਰੀ ਖਬਰ। ਪੰਤਾਲੀ ਸਾਲ ਤੋਂ ਮੈਂ ਤਾਂ ਰਹਿਣ ਡਿਆ, 10 ਸਾਲ ਮੈਂ ਇੱਥੇ ਕੰਮ ਕਰਨ ਡਿਆ ਵਾਂ। ਪੋਲੀਟੀਕਲ ਬੰਦੇ ਜਿਹੜੇ ਮੇਰੇ 'ਤੇ ਜਿਹੜੇ ਦਬਾਅ ਪਾਉਂਦੇ ਪਏ ਨੇ, ਭਾਟੀ ਆ ਤੀਹ ਤਰੀਕ ਮੋਤੀ ਭਾਟੀ ਨੇ ਆਪਣੇ ਕਾਦੀ ਨੂੰ ਕੁਝ ਬੰਦੇ ਭੇਜੇ ਨੇ, ਅਮਰਵੀਰ ਸਿੰਘ ਰਾਜੂ ਸੁੱਖ ਭਾਟੀ ਆ, ਇਹਨੇ ਆਣ ਕੇ ਹੱਥੋਂ ਪਾਈ ਪਏ ਨੇ ਬੱਚੇ ਮੇਰੇ ਦੇ ਗੁੜੀ ਦੇ ਦੁਕਾਨ ਤੋੜਨ ਆਣ ਕੇ ਤੋੜਨ ਦੇ ਵਿੱਚ ਆਣ ਕੇ ਪੂਰਾ ਇਹਨੇ ਜ਼ੋਰ ਲਾਇਆ ਵਾ। ਬੱਚੇ ਮੇਰੇ ਨੇ ਆਖਿਆ ਵੀ ਤੁਸੀਂ ਜੇ ਤੁਹਾਡੇ ਕੋਲ ਜਾ ਤਾਂ ਜਾ ਕੇ ਥਾਣੇ ਜਾ ਕੇ ਦੱਸੋ ਜਾਂ ਪੰਜਾਬ ਨੂੰ ਦੱਸੋ, ਅਤੇ ਉਹ ਆਪਣਾ ਕੋਈ ਉੱਥੇ ਸਬੂਤ ਨਹੀਂ ਲੈ ਕੇ ਨਹੀਂ ਜਾਂਦੇ, ਕਹਿੰਦੇ ਅਸੀਂ ਇੱਦਾਂ ਤੇਰੇ ਜ਼ੋਰ ਨੂੰ ਧੱਕੇ ਨਾ ਤੁਹਾਡੀਆਂ ਵਿਹਲੀਆਂ ਕਰਾਉਣੀਆਂ ਨੇ। ਮੈਂ 3 ਵਾਰੀ ਕਾਨੂੰਨ ਤੌਰ 'ਤੇ ਆਪਣੇ ਕੋਰਟ 'ਚੋਂ ਜਿੱਤੇ ਦਾ ਵੀ ਹੈਗਾ ਵਾ। ਕੀ ਮੰਗ ਕਰਦੇ ਹੋ? ਸਾਨੂੰ ਇਨਸਾਫ ਚਾਹੀਦਾ ਵਾ ਜੀ। 45 ਸਾਲ ਤੋਂ ਇੱਥੇ ਮਤਲਬ ਕਾਬਜ਼ ਨੇ, 45 ਸਾਲ ਤੋਂ ਆਪਣੀ ਦੁਕਾਨ ਕਰ ਰਹੇ ਨੇ। ਇਹ ਦੁਕਾਨ ਵਾਲਿਆਂ ਨਾਲ ਮਤਲਬ ਜਿਹੜੀ ਹੈ ਲਤਾ ਕੁਮਾਰੀ ਕੋ ਮੁੱਲ ਲਈ ਹੋਈ ਸੀ, 2 ਦੁਕਾਨਾਂ ਨਾਲ ਆ ਬਣਾਈਆਂ ਸੀ, ਪਿੱਛੇ ਇਹਨਾਂ ਦਾ 8ਵਾਂ ਦਾ ਪਲਾਟ ਹੈ, ਹੁਣ ਵੀ ਇਹ ਕਾਬਜ਼ ਹੈ, ਪਹਿਲਾਂ ਵੀ ਇਹ ਕਾਬਜ਼ ਹੈ। ਕਾਨੂੰਨੀ ਤੌਰ 'ਤੇ ਇਹ ਭਰਤਪੁਰੀ ਕੋਲ, ਪੁੱਤਰ ਨਾਲ ਕਿਸ਼ੋਰਪੁਰੀ ਅਤੇ ਆਪਣੇ ਕੁਲਵੰਤ ਸਿੰਘ ਮੋਤੀ ਭਾਟੀਆ, ਪੁੱਤਰ ਸਰਦਾਰ ਜੋਗਿੰਦਰ ਸਿੰਘ ਅਤੇ ਪੁਰਸ਼ੋਤਮ ਸਿੰਘ ਠਾਕਰ, ਪੁੱਤਰ ਬਲਦੇਵ ਸਿੰਘ, ਸਾਰਿਆਂ ਕੋਲ ਕੇਸ ਜਿੱਤਿਆ ਹੋਇਆ। ਸੋ ਮਤਲਬ ਕਾਨੂੰਨੀ ਤੌਰ 'ਤੇ ਬਿਲਕੁਲ ਬਾਪੂ ਜੀ ਪਹਿਲਾਂ ਵੀ ਮਤਲਬ ਕਾਬਜ਼ ਸੀ ਅਤੇ ਹੁਣ ਵੀ ਕਾਬਜ਼ ਹੈ, ਅਤੇ ਕੁਝ ਲੋਕ ਮਤਲਬ ਜਿਹੜਾ ਇਹਨਾਂ ਧੱਕਾ ਕਰਕੇ ਧੱਕੇ ਨਾਲ ਇਹਦੀ ਜਿਹੜੀ ਹੈ ਉਹ ਦੁਕਾਨਾਂ ਖੋਣਾ ਚਾਹੁੰਦੇ ਹੈ, ਪਲਾਟ 'ਚੋਂ ਕੁਝ ਨਾ ਕੁਝ ਹਿੱਸਾ ਇਹਨੂੰ ਡਰਾਤਮਕ ਆ ਕੇ ਲੈਣਾ ਚਾਹੁੰਦਾ ਹੈ। ਸੋ ਆਪਾਂ ਪ੍ਰਸ਼ਾਸਨ ਅੱਗੇ ਵੀ ਸਹਿਯੋਗ ਕਰ ਰਿਹਾ ਅਤੇ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ, ਜਿਹੜੇ ਗੁੰਡਾ ਅੰਸ਼ਰ ਨੇ, ਜਿਹੜੇ ਭੂ ਮਾਫੀਆ, ਇਹਨਾਂ ਨੂੰ ਨੱਥ ਪਾਈ ਜਾਵੇ ਚੰਗੀ ਤਰ੍ਹਾਂ ਜਰਾ। ਅਤੇ 4-5 ਗੱਡੀਆਂ ਲਗਭਗ ਆਈਆਂ ਨੇ ਗੱਡੀਆਂ, ਅਤੇ ਜਿਹਨਾਂ ਕੋਲ ਦਾਤਰੀ ਤੇਜ਼ ਹਥਿਆਰ ਸੀ, ਪਿਸਟਲ ਵੀ, ਫੋਟੋਆਂ ਸੋਸ਼ਲ ਮੀਡੀਆ 'ਤੇ ਸਾਰਾ ਵਾਇਰਲ ਹੋਇਆ ਵਾ। ਇਹਨਾਂ ਕੋਲ ਸਵੀਆਂ ਹੀ ਨਾਲ ਇਹਨਾਂ ਕੋਲ ਮਤਲਬ ਸੱਬਲਾਂ ਸੀ, ਇਹਨਾਂ ਨੇ ਦੁਕਾਨ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਇਹਨਾਂ ਦੀ ਬੇਟੀ ਨੂੰ ਅਤੇ ਇਹਨਾਂ ਦੇ ਬੇਟੇ ਨੂੰ ਉਹਨਾਂ ਡਿਫੈਂਸ ਜਦੋਂ ਉਹਨਾਂ ਦਿੱਤੀ ਹੈ, ਉਹਨਾਂ ਕੋਲ ਹੱਥ ਵਿੱਚ ਕੋਈ ਵੀ ਹਥਿਆਰ ਨਹੀਂ ਸੀ, ਡਿਫੈਂਸ ਜਦੋਂ ਉਹਨਾਂ ਦਿੱਤੀ ਹੈ ਅਤੇ ਇਹਨਾਂ ਨੇ ਮਤਲਬ ਉਹਦੇ ਸੱਟਾਂ ਮਾਰੀਆਂ,
ਇਹਨਾਂ ਦੇ ਬੱਚੇ ਜਿਹੜੇ ਡਿਫੈਂਸ ਦੇ ਤੌਰ ਤੇ ਲੜੇ ਆ ਤੇ ਉਹਨਾਂ ਨੇ ਆਪਣੇ ਫੇਕ ਹੀ ਸਾਰੀਆਂ ਸੱਟਾ ਸੁੱਟਾ ਲਾ ਕੇ ਤੇ ਐਵੇਂ ਝੂਠੀਆਂ ਸਬੀਆਂ ਬਣਾ ਨੂੰ ਫਿਰਦੇ ਨੇ। ਦੇਖੋ ਜੀ, ਇਹ ਭੂ ਮਾਫੀਆ ਗਰੋਹ ਹੈ ਇੱਕ ਬਹੁਤ ਵੱਡਾ। ਇਹ ਭੂ ਮਾਫੀਆ ਜਿਹੜਾ ਹੁੰਦਾ, ਇਹਨਾਂ ਦੀ ਕੋਈ ਪਾਰਟੀ ਨਹੀਂ ਹੁੰਦੀ, ਪਤਾ ਨਹੀਂ ਕਿੱਦਾਂ ਕੰਮ ਕਰਦੇ ਆ, ਕੀ ਤਰੀਕਾ ਇਹਨਾਂ ਦਾ। ਜਿਹੜਾ ਮੋਤੀ ਪਹਾੜੀਆ ਵਾ ਅਕਾਲੀ ਦਲ ਦਾ ਬੰਦਾ ਹੈ ਤੇ ਇਹ ਮਤਲਬ ਪਤਾ ਨਹੀਂ ਕਿੱਦਾਂ ਹੁਣ ਇਹ ਆਪਣੇ 10 ਸਾਲ ਦੇ ਰਾਜ ਦੇ ਵਿੱਚ ਕਬਜ਼ਾ ਨਹੀਂ ਕਰ ਸਕਿਆ ਕੁਲਵੰਤ ਸਿੰਘ ਮੋਤੀ ਪਹਾੜੀਆ, ਤੇ ਹੁਣ ਪਤਾ ਨਹੀਂ ਕਿੱਦਾਂ ਕੰਮ ਕਰ ਰਿਹਾ, ਵੀ ਪੈਸਾ ਸੁੱਟ ਕੇ ਕਿਤੇ ਕਿੱਧਰ ਪੈਸਾ ਸੁੱਟ ਕੇ, ਇਹਨਾਂ ਦਾ ਪਤਾ ਨਹੀਂ ਲੱਗਦਾ ਕਿੱਦਾਂ ਕੰਮ ਕਰਦੇ। ਇੱਥੇ ਦੋ ਧਿਰਾਂ ਆਪਸ 'ਚ ਦੋਵੇਂ ਆਪਣਾ ਦੁਕਾਨਾਂ 'ਤੇ ਹੱਕ ਜਤਾਉਂਦੇ ਆ। ਇੱਕ ਪਾਰਟੀ ਨੇ ਕੋਸ਼ਿਸ਼ ਕੀਤੀ ਹੈ ਇੱਕ ਦਿਨ ਉੱਥੇ 'ਤੇ ਜਿੰਦਰੇ ਜੁੰਦਰੇ ਲਾਉਣ ਦੀ, ਉਹ ਆਈ ਆ ਅਤੇ ਦੋਵਾਂ ਦਾ ਆਪਸ 'ਚ ਟਕਰਾਅ ਹੋ ਗਿਆ। ਪੁਲਿਸ ਮੌਕੇ 'ਤੇ ਚੱਲ ਗਈ ਆ ਅਤੇ ਉਦੋਂ ਭੱਜ ਭੁੱਜ ਗਏ ਆ ਦੋਵੇਂ ਬੰਨੇ ਪਾਰਟੀਆਂ, ਅਤੇ ਦੋਵਾਂ ਧਿਰਾਂ ਵੱਲ ਸੱਟਾਂ ਸੁੱਟਾਂ ਲੱਗੀਆਂ ਨੇ। ਜੋ ਵੀ ਬਿਆਨ ਲਗਾਉਣਗੇ ਉੱਥੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ। ਕਬਜ਼ਾ ਨਹੀਂ, ਦੋਵੇਂ ਆਪਣਾ ਹੱਕ ਜਤਾਉਂਦੀਆਂ ਦੋਵੇਂ ਦੁਕਾਨਾਂ 'ਤੇ। ਦੁਕਾਨ ਖਾਲੀ ਪਈ ਆ, ਉਹਦੇ 'ਤੇ ਕੋਸ਼ਿਸ਼ ਕਰਦੀ ਹੈ, ਕਬਜ਼ਾ ਨਹੀਂ ਕਹਿ ਸਕਦੀ, ਉਹ ਆਪਣਾ ਹੱਕ ਜਤਾਉਂਦੇ ਆ। ਪ੍ਰੋਪਰਟੀ ਸੈਂਟਰ ਗੌਰਮੈਂਟ ਦੀ ਪ੍ਰੋਪਰਟੀ ਹੈ। ਦੋਵੇਂ ਧਿਰਾਂ ਲੱਗੀਆਂ ਸੱਟਾਂ ਜੀ, ਦੋ ਬੰਦੇ ਨੇ ਉੱਧਰ ਲੱਗੀਆਂ, ਦੋ ਉੱਧਰ ਲੱਗੀਆਂ। ਜੋ ਵੀ ਆਪਣਾ ਬਿਆਨ ਲਗਾਉਣਗੇ ਬਿਆਨਾਂ ਮੁਤਾਬਕ ਕਾਰਵਾਈ ਕਰਦੇ।